Inspire Punjab TV ਦੇ ਤੁਹਾਡਾ ਸਭ ਦਾ ਸਵਾਗਤ ਹੈ। ਹਰਨੇਕ ਸਿੰਘ ਨਿਊਜ਼ੀਲੈਂਡ ਆਪਣੀ ਵੌਲ ਤੇ ਇੱਕ ਪੋਸਟ ਸ਼ੇਅਰ ਕਰਦੇ ਆ ਜਿਹਦੇ ਵਿੱਚ ਗੁਰਦੁਆਰਾ ਪਰਮੇਸ਼ਰ ਦਵਾਰ ਦੀ ਫੋਟੋ ਹੈ ਤੇ ਇਹਦੇ ਨਾਲ ਹੀ ਹਰਨੇਕ ਸਿੰਘ ਦੀ ਫੋਟੋ ਜੋ ਕਿ ਐਡਿਟ ਕੀਤੀ ਗਈ ਹੈ। ਤਾਂ ਮਲਕਾਣਾ ਵੱਲੋਂ ਇੱਕ ਪੋਸਟ ਲਿਖੀ ਹੈ ਜੋ ਕਿ ਹਰਨੇਕ ਸਿੰਘ ਨੇ ਸ਼ੇਅਰ ਕੀਤੀ ਹੈ ਜਿਹਦੇ ਵਿੱਚ ਇਹ ਕਹਿੰਦੇ ਆ ਤੁਸੀਂ ਆਇਓ ਸਾਡੇ ਵੇੜੇ ਜੀ ਦੂਰ ਦੇ ਮੁਕਣ ਚੰਜੇੜੇ ਜੀ ਜੀ ਆਇਆਂ ਨੂੰ ਕਹਿੰਦੇ ਆ ਪਲਕ ਵਿਸ਼ਾ ਕੇ ਰਾਹਾਂ ਤੇ ਕਦ ਭਾਗ ਲਗਾਉਣੇ ਧਰਤੀ ਨੂੰ ਜੀ ਕਰਦਾ ਚੁੱਕੀਏ ਬਾਹਾਂ ਤੇ ਤੁਸੀਂ ਮਾਰਗ ਨਵਾਂ ਬਣਾਇਆ ਜੋ ਅਸੀਂ ਉਸ ਮਾਰਗ ਤੇ ਚੱਲਦੇ ਹਾਂ ਸਭ ਸਾਧ ਪਖੰਡੀ ਲਾਖ ਹੁੰਜੇ ਹੁਣ ਇੱਕ ਨਾਨਕ ਦੇ ਵੱਲ ਦੇ ਹਾਂ ਜ਼ਿੰਦਗੀ ਲੱਗੇ ਹਸੀਨ ਜਿਹੀ ਹੋ ਖੁਸ਼ ਮਲਕਾਣੇ ਚਾਵਾਂ ਤੇ ਕਦ ਭਾਗ ਲਗਾਉਣੇ ਧਰਤੀ ਨੂੰ ਜੀ ਕਰਦਾ ਚੁੱਕੀਏ ਬਾਹਾਂ ਤੇ ਤਾਂ ਐਸੀ ਪੋਸਟ ਨੂੰ ਸ਼ੇਅਰ ਕਰਦੇ ਆ ਬੂਟਾ ਸਿੰਘ ਕੋਲੀ ਲਿਖਦੇ ਆ ਅੱਜ ਹਰਨੇਕ ਸਿੰਘ ਭਾਜੀ ਹੁਣਾਂ ਨੂੰ ਪਰਮੇਸ਼ਰ ਦਵਾਰ ਮਿਲ ਕੇ ਬਹੁਤ ਵਧੀਆ ਲੱਗਿਆ ਜਿਹੜਾ ਹਰਨੇਕ ਸਿੰਘ ਤੇ ਭਾਈ ਸਾਹਿਬ ਨੇ ਗੱਲਬਾਤ ਦੀ ਵੀਡੀਓ ਬਣਾਈਆ ਉਹ ਕਮਾਲ ਆ ਤਾਂ ਨਾਲ ਹੀ ਇੱਕ ਹੋਰ ਪੋਸਟੇ ਸ਼ੇਅਰ ਕਰਦੇ ਆ ਜਿਹਦੇ ਵਿੱਚ ਇਹ ਕਹਿੰਦੇ ਆ ਵਾਲੇ ਦਿਮਾਗਾਾਂ ਵਾਲਿਓ ਟਕਸਾਲਿਓ ਐਡਿਟ ਕੀਤੀ ਹੋਈ ਫੋਟੋ ਆ ਐਵੇਂ ਨਾ ਹਾਰਟ ਅਟੈਕ ਕਰ ਵਾਲਿਓ ਨਿਊਜ਼ੀਲੈਂਡ 'ਚ ਹੀ ਬੈਠਾ ਤਾਂ ਤੁਹਾਨੂੰ ਦੱਸ ਦਈਏ ਇਹ ਜੋ ਕਿ ਫੋਟੋ ਐਡਿਟ ਕੀਤੀ ਗਈ ਸੀ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਆਪਣੇ ਵੋਲ ਤੇ ਸ਼ੇਅਰ ਕੀਤੀ ਤਾਂ ਕਾਫੀ ਲੋਕਾਂ ਵੱਲੋਂ ਇਹ ਸਮਝਿਆ ਜਾ ਰਿਹਾ ਸੀ ਕਿ ਹਰਨੇਕ ਸਿੰਘ ਨਿਊਜ਼ੀਲੈਂਡ ਪਰਮੇਸ਼ਰਦوار ਪਹੁੰਚਿਆ ਪਰ ਏਸੀ ਪੋਸਟ ਨੂੰ ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਟਕਸਾਲਿਓ ਹਾਰਟ ਅਟੈਕ ਨਾਲ ਨਾ ਮਰ ਜਿਓ ਕਿਉਂਕਿ ਇਹ ਹਰਨੇਕ ਸਿੰਘ ਨਿਊਜ਼ੀਲੈਂਡ ਹੀ ਬੈਠੇ ਨੇ ਇਹ ਐਡਿਟ ਕੀਤੀ ਹੋਈ ਫੋਟੋ ਆ ਤਾਂ ਤੁਹਾਡੇ ਇਸ ਦੇ ਫੋਟੋ ਦੇ ਵਿਚਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ